ਘੜਿਆ ਜਿਹਨੇ ਕੋਈ ਰਾਤੀ ਪਾਈ ਵੀ ਜਹੇਦਾਰ ਆਪਣਾ ਜਗਤਾਰ ਸਿੰਘ ਜੀ ਦਾ ਪੁਤਲਾ ਫੂਕਣਾ ਜਾਣੇ ਸਾਨੂੰ ਟਾਈਮ ਦੇ ਦੇਵੇ ਦੱਸ ਦੇਵੇ ਹੈ ਨਾ ਇਹ ਬਾਂਦਰਾਂ ਨੂੰ ਰੋਜ਼ ਭੜਕ ਭੜਕ ਕਦੀ ਕੋਈ ਪਿਆਣ ਕਦੀ ਕੋਈ ਪਿਆਣ ਘਰੋਂ ਬਹਿ ਕੇ ਵੀਡੀਓ ਪਾਉਣੀਆਂ ਬੜੀਆਂ ਸੌਖੀਆਂ ਜੀ ਕਰਨਾ ਜਿਹੜਾ ਵਾ ਬੜਾ ਜਿਵੇਂ ਹੀ 6 ਜੂਨ ਨਜ਼ਦੀਕ ਆਉਂਦੀ ਹੈ ਤੇ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਤੇ ਹਿੰਦੂ ਜਥੇਬੰਦੀਆਂ ਨੂੰ ਲੈ ਕੇ ਮਾਹੌਲ ਕਾਫੀ ਗਰਮਾਉਂਦਾ ਹੋਇਆ ਨਜ਼ਰ ਆਉਂਦਾ ਹੈ। ਇੱਕ ਵਾਰ ਫਿਰ ਹਿੰਦੂ ਜਥੇਬੰਦੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਖਾਲਿਸਤਾਨ ਦੇ ਖਿਲਾਫ ਪੋਸਟਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਜਿੱਥੇ ਇੱਕ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਹਿੰਦੂ ਰਾਸ਼ਟਰ ਸੈਨਾ ਦੇ ਆਗੂ ਚੇਤਨ ਕੱਕੜ ਵੱਲੋਂ ਇੱਕ ਪੋਸਟ ਪਾਈ ਗਈ ਸੀ ਜਿਸ ਵਿੱਚ ਲਿਖਿਆ ਗਿਆ ਸੀ ਖਾਲਿਸਤਾਨ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ, 25 ਅਪ੍ਰੈਲ ਨੂੰ ਭੰਡਾਰੀ ਪੁਲ ਤੇ ਖਾਲਿਸਤਾਨ ਅਤੇ ਖੁਦ ਬਣੇ ਆਤੰਕੀ ਜਥੇਦਾਰ ਜਗਤਾਰ ਹਵਾਰਾ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਇਹ ਪੁਤਲਾ ਫੂਕ ਪ੍ਰਦਰਸ਼ਨ ਦਾ ਇੱਕੋ ਮਤਲਬ ਹੈ ਕਿ ਉਹ ਖਾਲਿਸਤਾਨ ਵੱਲੋਂ ਫੈਲਾਈ ਜਾ ਰਹੀ ਦਹਿਸ਼ਤ ਨੂੰ ਰੋਕਣਾ ਅਤੇ ਪੰਜਾਬ ਦੇ ਲੋਕਾਂ ਨੂੰ ਪਤਾ ਚੱਲ ਸਕੇ ਪੰਜਾਬ 'ਚ ਖਾਲਿਸਤਾਨ ਦਾ ਕੋਈ ਵਜੂਦ ਨਹੀਂ ਹੈ। ਜਿਸ ਤੋਂ ਬਾਅਦ ਸਮੂਹ ਸਿੱਖ ਜਥੇਬੰਦੀਆਂ 'ਚ ਰੋਸ ਦੀ ਲਹਿਰ ਸੀ ਅਤੇ ਇਸ ਮੈਸੇਜ ਨੂੰ ਦੇਖਣ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਕੁਝ ਆਗੂ 25 ਅਪ੍ਰੈਲ ਦੀ ਸਵੇਰ 8 ਵਜੇ ਤੋਂ ਹੀ ਅੰਮ੍ਰਿਤਸਰ ਭੰਡਾਰੀ ਪੁਲ 'ਤੇ ਇਕੱਠਾ ਹੋਣਾ ਸ਼ੁਰੂ ਹੋ ਗਏ ਹਨ ਅਤੇ ਹਿੰਦੂ ਰਾਸ਼ਟਰ ਸੈਨਾ ਦੇ ਆਗੂ ਚੇਤਨ ਕੱਕੜ ਦਾ ਇੰਤਜ਼ਾਰ ਕਰਨ ਲੱਗੇ। ਲੇਕਿਨ ਕਰੀਬ 12 ਵਜੇ ਤੱਕ ਵੀ ਚੇਤਨ ਕੱਕੜ ਉਸ ਜਗ੍ਹਾ ਉੱਤੇ ਨਹੀਂ ਪਹੁੰਚਿਆ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਗਰ ਚੇਤਨ ਕੱਕੜ 'ਚ ਹਿੰਮਤ ਹੈ ਤਾਂ ਉਹ ਭੰਡਾਰੀ ਪੁਲ 'ਤੇ ਆ ਕੇ ਦਿਖਾਵੇ। ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਆਪਣਾ ਆਪ ਮਿਟਾ ਦੇਵਾਂਗੇ ਲੇਕਿਨ ਕਦੇ ਵੀ ਜਥੇਦਾਰ ਜਗਤਾਰ ਸਿੰਘ ਜੀ ਦਾ ਪੁਤਲਾ ਨਹੀਂ ਫੂਕਣ ਦੇਵਾਂਗੇ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਅਜੀਤ ਵੈਬ ਟੀਵੀ। ਹਾਂਜੀ, ਦਾਸ ਜਸਕਰਨ ਸਿੰਘ ਪੰਡੋਰੀ ਤੇ ਆਪਣੇ ਨਾਲ ਸਿੰਘ ਨੇ ਸਾਰੇ, ਕੁਝ ਸਤਿਕਾਰ ਕਮੇਟੀਆਂ ਨਾਲ ਚੱਲਦੇ ਨੇ, ਕੁਝ ਜਥੇਬੰਦੀਆਂ ਨਾਲ, ਸਿੱਖ ਜਥੇਬੰਦੀਆਂ ਨਾਲ ਚੱਲਦੇ ਨੇ ਤੇ ਸਾਰੇ ਇਹੀ ਕੋਈ ਚੇਤਨ ਕੱਕੜ ਆ ਜਿਹਨੇ ਕੋਈ ਰਾਤੀ ਪਾਈ ਵੀ ਅਸੀਂ ਜਹੇਦਾਰ ਆਪਣਾ ਜਗਤਾਰ ਸਿੰਘ ਜੀ ਦਾ ਪੁਤਲਾ ਫੂਕਣਾ ਵਾ, ਠੀਕ ਹੈ ਜੀ, ਅਤੇ ਤਾਂ ਕਰਕੇ ਇੱਥੇ ਇਕੱਤਰ ਹੋਏ ਅੱਜ ਅਤੇ ਇਹ ਬਾਂਦਰਾਂ ਵਾਂਗੂ ਰੋਜ਼ ਭੁੜਕ ਭੁੜਕ ਕਦੀ ਕੋਈ ਬਿਆਨ ਕਦੀ ਕੋਈ ਬਿਆਨ, ਜੇ ਬਿਆਨ ਮੇਰੇ ਵੀਰ ਦਿੰਦੇ ਆ ਤਾਂ ਆਪਣੇ ਬਿਆਨ 'ਤੇ ਪਹੁੰਚੇ ਵੀ ਕਰੋ। ਜਗਤਾਰ ਸਿੰਘ ਹਵਾਰਾ ਜੀ ਦਾ ਜਿਹੜਾ ਕੋਈ ਪੁਤਲਾ ਫੂਕੂਗਾ ਨਾ, ਸਾਨੂੰ ਮਰਨਾ ਕਬੂਲ ਆ, ਪਰ ਪੁਤਲਾ ਜਿਹੜੀ ਇਹ ਗੱਲ ਕਰਦੇ ਨਾ ਸਾਡੇ ਸਾਹਮਣੇ ਫੂਕ ਜਾਣਗੇ, ਉਹ ਕੰਮ ਇੱਕ ਦੀ ਨਹੀਂ ਹੋਣ ਦੇਵਾਂਗੇ, ਠੀਕ ਹੈ ਜੀ। ਬਾਕੀ ਇਹ ਸਰਕਾਰਾਂ ਦੀ ਸ਼ਾਇਦ ਇਹ ਕੰਮ ਹੋਣ ਡਿਆ ਵਾ, ਕਿਉਂਕਿ ਸਰਕਾਰਾਂ ਚਾਹੁੰਦੀਆਂ ਵਾ ਵੀ ਇੱਕੋ ਜਿਹੇ ਮਾਹੌਲ ਜਿਹੜਾ ਪੰਜਾਬ ਦਾ ਸ਼ਾਂਤ ਸੀ, ਇਹਨੂੰ ਕਿਸੇ ਤਰੀਕੇ ਨਾਲ ਕੋਈ ਇਹੋ ਜਿਹੇ ਬਾਂਦਰਾਂ ਨੂੰ ਉਕਸਾ ਕੇ ਅਤੇ ਇਹਨਾਂ ਕੋਈ ਇਹੋ ਜਿਹੇ ਬਿਆਨਬਾਜ਼ੀਆਂ ਦਵਾਈਆਂ ਜਾਣ ਜਿਹਦੇ ਨਾਲ ਨੌਜਵਾਨੀ ਜਿਹੜੀ ਭੜਕੇ, ਅਤੇ ਫਿਰ ਅਸੀਂ ਨੌਜਵਾਨਾਂ ਦੇ ਮੁਕਾਬਲੇ ਬਣਾਈਏ, ਉਹਨਾਂ ਦੇ ਪਰਚੇ ਪਾਈਏ, ਠੀਕ ਹੈ ਜੀ। ਜਿਹੜਾ ਇਹ ਕੋਈ ਮਾਰਚ ਕਹਿੰਦੇ ਕੱਢਣਾ ਅਸੀਂ, ਅਤੇ ਮਾਰਚ ਕੱਢਣ ਕੋਈ ਚੱਕਰ ਨਹੀਂ ਹੈ, ਪਰ ਇਹ ਜਿਹੜਾ ਮਾਰਚ ਕਹਿੰਦੇ ਨਾ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਾਉਣੇ ਆ, ਇਹ ਨਹੀਂ ਹੋਣ ਦੇਵਾਂਗੇ, ਠੀਕ ਹੈ ਜੀ। ਕਿਉਂਕਿ ਜਿੱਥੇ ਵੀ ਗੁਰਸਿੱਖ ਵੱਸਦਾ ਨਾ, ਕੋਈ ਵੀ ਵੱਸਦਾ, ਭਾਵੇਂ ਬਾਹਰਲੇ ਮੁਲਕਾਂ 'ਚ ਵੱਸਦਾ, ਭਾਵੇਂ ਪੰਜਾਬ 'ਚ, ਭਾਵੇਂ ਕੋਈ ਪਾਕਿਸਤਾਨ 'ਚ, ਭਾਵੇਂ ਜਿੱਥੇ ਵੀ ਆ, ਉੱਥੇ ਖਾਲਿਸਤਾਨ ਆ। ਜਿੱਥੇ ਜਿੱਥੇ ਵੀ ਕੋਈ ਇੱਕ ਸਿੱਖ ਆ ਨਾ, ਚੜ੍ਹਦੇ ਤੋਂ ਲਹਿੰਦੇ ਤੱਕ ਲਹਿੰਦੇ ਤੱਕ ਖਾਲਿਸਤਾਨ ਹੀ ਹੈ ਜਿੱਥੇ ਜਿੱਥੇ ਕੋਈ ਸਿੱਖ ਵੱਸਦਾ, ਠੀਕ ਹੈ ਜੀ। ਛਪਾਲ ਸਿੰਘ, ਪੰਜਾਬ ਸਤਿਕਾਰ ਕਮੇਟੀ। ਅਸੀਂ ਅੱਜ ਆਏ ਹਾਂ ਜੀ, ਇੱਕ ਆੜਾ ਚੇਤਨ ਕੱਕੜ ਆ, ਘਰੋਂ ਬੈਠੇ ਨੇ, ਕੋਈ ਇਹਨੇ ਮੈਸੇਜ ਪਾਇਆ ਵੀ ਮੈਂ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਜਿਹੜਾ ਉਹਦਾ ਪੁਤਲਾ ਫੂਕਣਾ, ਅਤੇ ਅਸੀਂ ਸਵੇਰ ਦੇ ਇੱਥੇ 8 ਵਜੇ ਆਏ ਹਾਂ, ਹਜੇ ਤੱਕ ਆਇਆ ਨਹੀਂ। ਜਾਣੇ ਸਾਨੂੰ ਟਾਈਮ ਦੇ ਦੇਵੇ ਦੱਸ ਦੇਵੇ ਹੈ ਨਾ, ਘਰੋਂ ਬਹਿ ਕੇ ਵੀਡੀਓ ਪਾਉਣੀਆਂ ਬੜੀਆਂ ਸੌਖੀਆਂ, ਕਰਨਾ ਜਿਹੜਾ ਵਾ ਬੜਾ ਔਖਾ। ਅਤੇ ਬਾਕੀ ਭਾਈ ਸਾਹਿਬ ਨੇ ਜਿਹੜਾ ਪਹਿਲਾਂ ਬੋਲਿਆ ਵੀ ਪੁਤਲਾ ਜਿਹੜਾ ਵਾ ਅਸੀਂ ਇੱਥੇ ਮਰਨਾ ਕਬੂਲ ਕਰਾਂਗੇ ਪਰ ਪੁਤਲਾ ਨਹੀਂ ਫੂਕਣਾ। ਹਾਂਜੀ ਹਾਂ, ਸੋਸ਼ਲ ਮੀਡੀਆ 'ਤੇ ਫੋਨ 'ਤੇ ਉਹਨਾਂ ਲਿਖ ਕੇ ਪਾਈ ਆ ਪੋਸਟ, ਅਤੇ ਉਹਦੇ ਰਾਹੀਂ ਅਸੀਂ ਆਏ ਹਾਂ ਇੱਥੇ। ਇਹਦੇ ਪਿੱਛੇ ਤਾਂ ਉਹਦੀ ਆਪਣੀ ਨਾਕਾਮੀ ਆ, ਜੇ ਸਰਕਾਰਾਂ ਪਿੱਛੇ ਸ਼ਹਿ ਦਿੰਦੀਆਂ ਨੇ ਅਤੇ ਤਾਂ ਇਹੋ ਜਿਹੇ ਬੰਦੇ ਸਿਕਿਉਰਟੀਆਂ ਲੈਣ ਵਾਸਤੇ ਇਹੋ ਜਿਹਾ ਕੰਮ ਕਰਦੇ ਆ। ਵੀ ਹੁਣ ਸਿਕਿਉਰਟੀਆਂ ਜਿਹੜੀਆਂ ਤੁਹਾਨੂੰ ਦੱਸਿਆ ਵੀ ਜਿੱਦਾਂ ਪੰਜਾਬ ਸਰਕਾਰ ਨੇ ਖੋਲੀਆਂ ਇਹਨਾਂ ਕੋਲੋਂ, ਅਤੇ ਫਿਰ ਇਹ ਸਿਕਿਉਰਟੀਆਂ ਭਾਲਦੇ ਆ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ, ਕਿਉਂਕਿ ਸਿੱਖ ਕਦੀ ਵੀ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਦੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ
ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼।